ਸੱਜਣੋ ਤੇ ਮਿੱਤਰੋ ਮੇਰਾ ਚੰਨ ਮਾਹੀ ਮੱਖਣ ਰਾਜਾ ਦਿਲਬਰ ਅੱਜ ਚੱਲਿਆ ਸੀ ਬਾਹਰ 마ਸ਼ਾਅੱਲਾ ਸਾਰੇ ਮਿੱਠੀਆਂ ਮਿੱਠੀਆਂ ਪਾਰੇ ਸੀ ਜੱਫੀਆਂ ਦੇ ਯਾਰ ਹੁਣੇ ਕਰ ਰਹੀ ਸੀ ਵਲੋਗਾਂ ਥਾਵਾਂ ਦੇ ਵਿੱਚ ਹਮੂਮਨ ਇਸ ਤਰ੍ਹਾਂ ਹੁੰਦਾ ਜਦੋਂ ਵੀ ਕੋਈ ਜੀ ਬਾਹਰ ਜਾਂਦਾ ਸਾਰੇ ਪਿੰਡ ਵਾਲੇ ਉਹਨੂੰ ਆ ਕੇ ਮਿਲਦੇ ਆਂ ਤੇ 마ਸ਼ਾਅੱਲਾ ਜੀ 마ਸ਼ਾਅੱਲਾ ਢੇਰ ਸਾਰੀਆਂ ਦਿੰਦੇ ਆਂ ਮੁਹਬਤਾਂ ਤਾਂ ਕਿ ਉਹ ਪਿੰਡ ਦੀਆਂ ਮੁਹਬਤਾਂ ਭੁੱਲ ਨਾ ਸਕੇ ਯਾਦ ਦਿਲਬਰ ਚੱਲਿਆ ਸੀ ਪਹਿਲੀ ਵਾਰੀ ਬਾਹਰ 마ਸ਼ਾਅੱਲਾ ਜੀ 마ਸ਼ਾਅੱਲਾ ਬੜਾ ਖੁਸ਼ ਸੀ ਮੈਂ ਕਿਹਾ ਚਲ ਜਾਏ ਇੱਕ ਵਾਰੀ ਬਾਹਰ ਯਾਦ ਕਰਾਇਆ ਕਰਾਂਗੇ ਨਾਈਜ਼ ਰਾਜਾ ਮੈਨੂੰ ਕਹਿੰ ਮੁੰਡੇ ਨੂੰ ਤੁਸੀਂ ਭੁੱਲੇ ਹੋ ਨਾ ਕਿ ਮਿੱਤਰੋ ਨਾਈਸ ਮੁੰਡਾ ਬਹਿ ਗਿਆ ਰਾਜਿਆਂ ਦੀ ਬੈਠਕ ਦੇ ਵਿੱਚ ਬਾਬਾ ਰਮਜ਼ਾਨ ਮੇਰਾ ਮੱਖਣ ਵਰਗਾ ਯਾਰ ਸੁਣਾਵੇ ਮਿੱਠੀਆਂ ਮਿੱਠੀਆਂ ਸਾਨੂੰ ਗੱਲਾਂ ਨਾਲ ਹੀ ਆ ਗਈ ਘਰੋਂ ਕਾਰ ਬੇਬੇ ਕਹਿੰਦੀ ਟੁੱਟ ਪੈਣਾ ਨਾਸ਼ਤਾ ਦਾ ਕਰ ਲਾ ਮੈਂ ਕਿ ਇੱਕ ਵਾਰੀ ਨਾਸ਼ਤਾ ਕਰ ਲਈਏ ਫਿਰ ਰਾਜਾ ਸਾਹਿਬ ਨੂੰ ਟੋਰਦੇ ਆ ਮਾਸ਼ੱਲਾ ਦੋ ਪਰੋਠੇ ਨਾਲ ਆ ਕਿ ਤੁਹਾਨੂੰ ਪਤਾ ਮੇਰਾ ਭਾਂਜਾ ਅਲ ਮਰੂਫ ਟੈਣਿਸ਼ ਆਇਆ ਹੋਇਆ ਘਾਰ ਤੇ ਮਾਮੇ ਨਾਲ ਲਾਂਦਾ ਫੁੱਲ ਸ਼ੁਗਲ ਤੇ ਮਾਮੇ ਦਾ ਵੀ ਇਹਦੇ ਨਾਲ ਲੱਗਿਆ ਹੋਇਆ ਜੀ ਫੁੱਲ ਦੇ ਹਾਜ਼ਰੇ ਖਿਦਮਤ ਹੋਇਆ ਮਾਸ਼ੱਲਾ ਜੀ ਮਾਸ਼ੱਲਾ ਮਿੱਠਾ ਪਿਆਲਾ ਚਾਹ ਦਾ ਕਰ ਦੋ ਮਿੱਠਾ ਜਿਹਾ ਲ ਨੇ ਜਣਾ ਚੜਾਉਂਦਾ ਮੇਰਾ ਚੰਨ ਮਾਹੀ ਮੱਖਰ ਰਾਣਾ ਸਮਰ ਮੈਨੂੰ ਕਹਿੰਦਾ ইমরান ਸਾਹਿਬ ਸਾਡਾ ਵੀ ਲੈ ਲਓ ਮਿੱਠਾ ਜਿਹਾ ਕਲਿੱਪ ਫਿਰ ਕਰੂੰਗਾ ਤੁਹਾਨੂੰ ਮਿੱਠਾ ਜਿਹਾ ਲੈ ਮਿੱਤਰੋ ਸਿਆਣੇ ਕਹਿੰਦੇ ਕਿ ਪਰਦੇਸ ਘਟਣਾ ਬਹੁਤ ਔਖਾ ਦੇਖੋ ਜੀ ਬਾਬੇ ਰਮਜ਼ਾਨ ਨੇ ਜਦੋਂ ਰਾਜੇ ਦਿਲਬਰ ਨੂੰ ਪਾਈ ਜਫੀ ਤੇ ਖਾਦੇ ਵਿੱਚ ਆ ਗਈ ਅਥਰੂ ਕਿ ਆਈ ਸੀ ਅਥਰੂ ਬਾਬੇ ਤਾਂ ਬਾਬੇ ਨਿਆਣਿਆਂ ਦੀ ਅੱਖਾਂ ਦੇ ਵਿੱਚ ਵੀ ਅਥਰੂ ਸੀ ਅੱਲਾ ਪਾਕ ਰਾਜੇ ਦਿਲਬਰ ਨੂੰ ਯਾਰ ਬਾਹਰ ਕਾਮਯਾਬ ਕਰੀ ਤਖੀਰ ਰਾਜਾ ਸਾਹਿਬ ਨੇ ਵੀ ਕੀਤਾ ਸਾਰਿਆਂ ਨੂੰ ਬਾਏ ਬਾਏ ਨਾਲੇ ਵੀਡੀਓ ਦੇਖਣ ਵਾਲਿਆਂ ਨੂੰ ਸਾਰੇ ਵੀਰ ਰਾਜਾ ਸਾਹਿਬ ਨੂੰ ਕਮੈਂਟ ਦੇ ਵਿੱਚ ਕਰ ਦਿਓ ਤੁਸੀਂ ਟਾਈ ਟਾਈ ਲੈ ਮਿੱਤਰੋ ਰਾਜਾ ਸਾ ਯਾਰ ਹਨਾਨ ਭਾਈ ਦੀ ਦੁਕਾਨ ਤੇ ਅੱਗੇ ਜਾ ਕੇ ਦੇਖਿਆ ਤਾਂ ਹੀਟਰ ਚੱਲੇ ਮੈਂ ਕਿਹਾ ਝੱਟ ਹੱਥ ਸੇਕ ਲਿਆ। ਨਾਲ ਹੀ ਸ਼ਾਨੀ ਭਾਈ ਨੇ ਮਾਰੀ ਆਵਾਜ਼ ਕਹਿੰਦਾ Imran Saab ਚਾਹੇ ਮੈਂ ਦੋ ਚਾਹਾਂ ਦਾ ਦਿੱਤਾ ਆਰਡਰ। ਮੈਂ ਕਿਹਾ ਚਲੋ ਬਲਾਲ ਸਾਹਿਬ ਕੋ ਪੀਂਦੇ ਆ ਬੈ ਕੇ ਚਾਹ। ਤੁਹਾਨੂੰ ਪਤਾ ਮਿੱਤਰੋ ਦਿਹਾੜੀਆਂ ਛੋਟੀਆਂ ਐਂ ਜੀ ਨਮਾਜ਼ ਦਾ ਟਾਈਮ ਹੋ ਗਿਆ ਜ਼ੁਹਰ ਦਾ। ਯਾਰਾਂ ਨੇ ਨਮਾਜ਼ ਪੜ੍ਹ ਕੇ ਨਿਕਲ ਰਹੇ ਆ ਜੀ ਮਸਜਿਦ ਤੋਂ। 16-17 ਦਿਨਾਂ ਬਾਅਦ ਸੂਰਜ ਨੇ ਅੱਜ ਆਪਣਾ ਕਰਾਇਆ دیدار ਪਿੰਡ ਵਾਲੇ ਬੜੇ ਖੁਸ਼ਮੂਡ ਦੇ ਵੇਸ ਸੀ। ਮੈਂ ਕਿਹਾ ਵਾਹ ਮੋਲਾ ਤੇਰੇ ਰੰਗ ਸ਼ੁਕਰ ਅਲ ਹਮਦ। ਟਾਈਮ ਹੋ ਗਿਆ ਦੁਪਹਿਰ ਦੀ ਦੇਖਿਆ ਜੀ ਦੁਕਾਨਦਾਰ ਸਾਰੇ ਭਾਈ ਜੀ ਦੁਕਾਨਾਂ 'ਚੋਂ ਬਾਹਰ ਨਿਕਲ ਕੇ ਬੈਠੇ ਧੁੱਪ ਸੇਕ ਰਹੇ ਆ ਤੇ ਲੈ ਰਹੇ ਆ ਸਰਦੀਆਂ ਹੋਣ ਹੋਣ ਸਰਗੋਦੇ ਦੇ ਪਿੰਡ ਤੇ ਪਿੰਡਾਂ ਵਾਲੇ 메ਨ ਬਾਜ਼ਾਰ 'ਚ ਬੈਠ ਕੇ ਧੁੱਪ ਦੇ ਵਿੱਚ ਮਾਲਟੇ ਨਾ ਖਾਣੇ ਕਿਹੜੀ ਕਿਤਾਬ ਜੀ ਆਹ ਦੇਖਿਆ ਧੁੱਪ ਚਮਕੇ ਦੇ 마ਸ਼ਾਅੱਲਾ ਪਿੰਡ ਆਏ ਹੋਏ ਸੀ ਲੱਛਿਆਂ ਵਾਲੇ ਲੈ ਮਿੱਤਰੋ ਕਿਨੂ ਕਿਨੂ ਆਪਣਾ ਬਚਪਨ ਯਾਦ ਆਇਆ ਲੱਛੇ ਦੇਖ ਕੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਭਾਈ ਨੂੰ ਕਿਹਾ ਭਾਏ ਕਿ ਲੱਛਾ ਮੇਰੇ ਵਾਸਤੇ ਬਣਾਉਂਦੇ ਕਹਿੰਦਾ ਮੁੱਲ ਸਾਹਿਬ ਤੁਸੀਂ ਵੀ ਮਹਿਗਾ ਯਾਰ ਸਾਡਾ ਵੀ ਤਾਂ ਹਲੇ ਬਚਪਨ ਨਾਲ ਮਿੰਡ ਮਾਰ ਕੇ ਬਣਾਦੇ ਯਾਰ ਜਿਆਦਾ ੱਛ ਆਕੇ ਆਪਣਾ ਯਾਦ ਆ ਗਿਆ ਬਚਪਨ ਜਣੋਂ ਉੱਤੇ ਮਿੱਤਰੋ 17 ਦਿਨਾਂ ਬਾਅਦ ਅੱਜ ਧੁੱਪ ਚਮਕੀ ਨਾਈਸ ਮੁੰਡੇ ਨੇ ਵੀ ਡੇਰਿਆਂ ਦਾ ਕੀਤਾ ਰੋਖ ਮੈਂ ਕਿਹਾ ਦੇਖ ਕੇ ਆਵਾ ਨਜ਼ਾਰੇ ਡੇਰਿਆਂ ਦੇ ਮਿੱਤਰੋ ਸੈਜ਼ ਕਹਿੰਦੀ ਆ ਕਿ ਅਗਰ ਬੰਦਾ ਹਰੀਆਲੀ ਨੂੰ ਦੇਖੇ ਤੇ ਅੱਖਾਂ ਹੋ ਜਾਂਦੀਆਂ ਫਰੈਸ਼ ਨਾਈਸ ਮੁੰਡਾ ਤਾਂ ਕਰ ਰਿਹਾ ਧੋਡੀਆਂ ਹੋਣੀਆਂ ਜਾਂ ਨਹੀਂ ਮੈਨੂੰ ਨਹੀਂ ਪਤਾ ਸਾਹਿਬ ਨੇ ਮਾਰੀ ਨਾਈਸ ਮੁੰਡੇ ਨੂੰ ਆਵਾਜ਼ ਕਹਿੰਦਾ ইমরান ਸਾਹਿਬ ਆਜੋ ਧੁਕ ਸੁਕ ਫੋਲੀ ਏ ਮੈਂ ਕਿਹਾ ਬਿਸਮਿਲ੍ਲਾ ਨਾਲੇ ਮੈਂ ਵੜਦਾ ਪੱਟੇ ਹੋਵੇ ਬੰਦਾ ਪੰਜਾਬੀ ਤੇ ਜ਼ਿੰਮੇਦਾਰਾ ਨਾ ਕਰੇ ਕਿਹੜੀ ਕਿਤਾਬ 'ਚ ਲਿਖਿਆ ਨਾਈਸ ਮੁੰਡਾ ਵੜ ਰਿਹਾ ਪੱਟੇ ਜਣ ਪਾਸਾ ਦੇਖ ਕੇ ਲੱਗਾ ਵੀ ਨਾਈਸ ਮੁੰਡਾ ਇੱਥੇ ਬਹਿ ਕੇ ਇੱਤਾ ਘੰਟਾ ਆਪਾਂ ਨੇ ਨਗਾਇਆ ਆਸਾ ਪਾਸਾ ਦੇਖਿਆ ਕਿਤੀਆਂ ਆਪਣੇ ਆਪ ਨਾਲ ਖੁੱਲੀਆਂ ਗੱਲਾਂ ਦੇ ਘੰਟੇ ਬਾਅਦ ਦੁਬਾਰਾ ਯਾਰ ਹੁਣੇ ਪਹੁੰਚ ਗਏ ਪਿੰਡ ਲੈ ਮਿੱਤਰੋ ਆ ਗਏ ਕਾਸ਼ੀ ਭਾਈ ਦੇ ਫਲ ਫਰੂਟਾਂ ਦੇ ਪਈ ਨਾ ਪਤਾ ਨਾਈਸ ਮੁੰਡੇ ਕੋ ਟੁੱਟ ਟੁਰ ਕੇ ਹੋ ਜਾਂਦੀ ਹੈ ਕੈਲਸ਼ੀਅਮ ਦੀ ਕਮੀ ਮੈਂ ਕਿਹਾ ਕਾਸ਼ੀ ਭਰਾ ਜੀ ਯਾਰ ਮੈਨੂੰ ਮਾਲਟੇ ਦਾ ਖੁਆ ਅਧਰੋ ਆਹ ਜਿਹੜੇ ਮਾਲਟੇ ਇਹਨਾਂ ਨੂੰ ਕਿਹਾ ਜਾਂਦਾ ਸ਼ਿਕਰੀ ਲੈ ਮਿੱਤਰੋ ਯਾਰਾਂ ਨੇ ਉੱਥੇ ਬਹਿ ਕੇ ਅੱਧਾ ਦਸ ਖਾਦੇ ਮਾਲਟ ਕੀਤੀ ਕਮੀ ਮੈਂ ਦੇਖਾ ਮੇਰਾ ਛੋਟਾ ਭਾਈ ਹਮਜਾ ਆ ਰਿਹਾ ਸੀ ਮੈਂ ਕਿਹਾ ਦੀ ਅਪਡੇਟ ਦਵਾਂ ਲੈ ਮਿੱਤਰੋ ਮਾਸ਼ਾਅੱਲਾ ਜੀ ਮਾਸ਼ਾਅੱੱਲਾ ਕਮਰਿਆਂ ਦੇ ਵਿੱਚ ਪੱਥਰ ਲੱਗਣਾ ਹੋ ਗਿਆ ਸ਼ੁਰੂ ਕਹ ਦੋ ਮਾਸ਼ਾਅੱਲਾ 3 ਕਲਿੱਪ ਮਾਸ਼ਾਅੱਲਾ ਮੇਰੇ ਟੈਣੇ ਸ਼ਾਲ ਮਰੂ ਭਣ ਜੇ ਦਾ ਆਪਣਾ ਖਿਆਲ ਰੱਖਿਓ ਨਮਾਜ਼ ਕਾਇਮ ਕਰਿਓ ਪਾਕਿਸਤਾਨ ਜ਼ਿੰਦਾਬਾਦ